ਵਰਲਡ ਪੰਜਾਬੀ ਟੀਵੀ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਸੋ ਸਭ ਜਾਣਦੇ ਨੇ ਕਿ ਅੱਜ ਕੱਲ ਪੂਰੇ ਦੇਸ਼ 'ਚ ਇੱਕ ਬੜਾ ਜੀਵੰਤ ਜਵਲੰਤ ਮੁੱਦਾ ਬਣਿਆ ਹੋਇਆ ਹੈ ਕਿਸਾਨੀ ਸੰਘਰਸ਼ ਦਾ ਕੱਲ ਬੀਤੀ 1 ਇੱਕ ਦਸੰਬਰ ਨੂੰ ਕੇਂਦਰੀ ਰਾਜ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਬੁਲਾਇਆ ਵੀ ਪਰ ਆਪਣੀ ਪ੍ਰੈਜੈਂਟੇਸ਼ਨ ਦੇਣੀ ਸ਼ੁਰੂ ਕਰ ਦਿੱਤੀ ਕਿ ਕਿੱਦਾਂ ਕਿਸਾਨਾਂ ਲਈ ਇਲਾਹੇਵੰਦ ਰਹਿਣ ਕੇ ਖੇਤੀ ਬਿੱਲ ਕਿਸਾਨਾਂ ਨੇ ਇਸ ਦੇ ਸਿਰੇ ਤੋਂ ਹੀ ਨਕਾਰ ਦਿੱਤਾ ਕਾਟਾ ਮਾਰ ਦਿੱਤਾ ਸੋ ਹੁਣ ਰਾਜਨਾਥ ਸਿੰਘ ਨੂੰ ਦੇਖਿਆ ਜਾ ਰਿਹਾ ਇੱਕ ਅਜਿਹੇ ਬਦਲ ਦੇ ਰੂਪ 'ਚ ਜਿਹੜੇ ਕਿ ਕਿਸਾਨਾਂ ਦੇ ਹੱਕ 'ਚ ਛੇ ਦੇ ਮਸਲਾ ਹੱਲ ਕਰਵਾ ਸਕਦੇ ਨੇ ਉਹਨਾਂ ਦੀ ਟੀਮ ਦੇ ਮੈਂਬਰ ਤੇ ਆਰਐਸਐਸ ਦੇ ਕਿਸਾਨ ਸੈਲ ਦੇ ਚੰਡੀਗੜ੍ਹ ਸਟੇਟ ਦੇ ਪ੍ਰਧਾਨ ਬੌਬੀ ਕੰਬੋਟ ਸਾਡੇ ਨਾਲ ਮੌਜੂਦ ਨੇ ਕਿ ਵਾਕਈ ਰਾਜਨੀਤ ਰਾਜਨਾਥ ਮਸਲੇ ਦਾ ਹੱਲ ਕਰ ਸਕਦੇ ਨੇ ਕੁਝ ਅਜਿਹੇ ਸਵਾਲਾਂ ਤੇ ਨਾਲ ਸੋ ਬੌਬੀ ਜੀ ਸਭ ਤੋਂ ਪਹਿਲਾ ਸਵਾਲ ਇਹ ਹੀ ਕਿ ਰਾਜਨਾਥ ਸਿੰਘ ਨੂੰ ਕਿਉਂ ਦੇਖਿਆ ਜਾ ਰਿਹਾ ਇਸ ਮਸਲੇ ਦੇ ਹੱਲ ਕਰਨ ਦੇ ਰੂਪ ਵਾਲੇ ਵਿੱਚ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਕਿ ਤੁਸੀਂ ਇਸ ਜਿਹੜਾ ਕਿਸਾਨੀ ਸੰਘਰਸ਼ ਬਾਰੇ ਜਿਹੜਾ ਵਿਚਾਰ ਸਾਡੇ ਲੈਣ ਵਾਸਤੇ ਸਾਨੂੰ ਯੋਗ ਸਮਝਿਆ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਵਾਂ ਕਿ ਰਾਜਨਾਥ ਹੀ ਮੈਨੂੰ ਇਸ ਟਾਈਮ ਕਿਉਂ ਲੱਗਦੇ ਨੇ ਕਿ ਰਾਜਨਾਥ ਹੀ ਕਿਸਾਨੀ ਸੰਘਰਸ਼ ਦੇ ਹੱਲ ਕਰਾਉਣ ਵਾਸਤੇ ਸੰਜੀਦਾ ਹੈਗੇ ਨੇ ਗੰਭੀਰ ਹੈਗੇ ਨੇ ਬਾਕੀ ਮੈਂ ਮਨਯੋਗ ਜਿਹੜੇ ਖੇਤੀ ਮੰਤਰੀ ਹੈਗੇ ਨੇ ਵੀ ਉਹਨਾਂ ਦੀ ਜਾਂ ਤਾਂ ਉਹਨਾਂ ਨੂੰ ھیਠੋਂ ਫੀਡਿੰਗ ਠੀਕ ਤਰ੍ਹਾਂ ਨਹੀਂ ਆ ਰਹੀ ਜਿਹੜੀ ਪੰਜਾਬ ਤੋਂ ਕਮੇਟੀ ਬਣਾਈ ਗਈ ਹੈ ਜੈਨੀ ਸਾਹਿਬ ਭਲੇ ਹੀ ਉਹਦੇ ਚ ਆਪਣਾ ਦੁੱਖ ਵੀ ਜਾਹਰ ਕਰ ਚੁੱਕੇ ਨੇ ਬਈ ਮੈਨੂੰ ਪੁੱਛਿਆ ਨਹੀਂ ਗਿਆ ਜਾਂ ਮੈਂ ਕਿਸਾਨਾਂ ਦੇ ਜਿਹੜੇ ਮਸਲੇ ਨੇ ਗੰਭੀਰ ਹੈਗੇ ਨੇ ਉਹਨਾਂ ਨੇ ਵਿਚਾਰ ਬੜੀ ਗੰਭੀਰਤਾ ਨਾਲ ਕਰਨਾ ਚਾਹੀਦਾ ਪਰ ਕੁਝ ਉਹਨਾਂ ਦੇ ਨਾਲ ਕਮੇਟੀ ਮੈਂਬਰ ਨੇ ਐਸੇ ਜੇ ਐਸੇ ਮੈਂਬਰ ਨੇ ਜਿਹੜੇ ਹੇਠੋਂ ਫੀਡਿੰਗ ਠੀਕ ਨਹੀਂ ਦੇ ਰਹੇ ਉਹਨਾਂ ਨੂੰ ਕਿਹੜੇ ਕਿਹੜੇ ਮੈਂਬਰ ਨੇ ਕੋਈ ਨਾ ਲਾਉਂਗੇ ਦਿਖੋ ਕਈ ਹੈਗੇ ਨੇ ਮੈਂ ਨਾਂ ਤੋਂ ਨਾ ਜਾਵਾਂ ਪਰ ਸਭ ਦੁਨੀਆ ਨੂੰ ਪਤਾ ਚੱਲ ਰਿਹਾ ਹੈ ਵੀ ਉਹਨਾਂ ਦੀ ਜਿਹੜੀ ਸੰਜੀਦਾ ਸੋਚ ਨਹੀਂ ਹੈਗੀ ਕਿਸਾਨੀ ਸੰਘਰਸ਼ ਨੂੰ ਹੱਲ ਕਰਾਉਣ ਵਾਸਤੇ ਉਹਨਾਂ ਦੀ ਇਹੀ ਯੋਜਨਾ ਹੈਗੀ ਹੈ ਵੀ ਮਿਸਗਾਈਡ ਕਰਕੇ ਉੱਪਰ ਹਾਈ ਕਮਾਂਡ ਨੂੰ ਮਿਸਗਾਈਡ ਕਰ ਰਹੇ ਨੇ ਉਹ ਕਦੀ ਉਹ ਖਾਲਸਤਾਨ ਵਾਲੇ ਤੌਰ ਲੈਂਦੇ ਨੇ ਕਦੀ ਉਹ ਅਲਗਾਉਤ ਦੀ ਵੱਲ ਤੋਰ ਦਿੰਦੇ ਨੇ ਕਦੀ ਉਹ ਕਹਿੰਦੇ ਗੁੰਡਾ ਅੰਸਰ ਦਾ ਅੰਦੋਲਨ ਹੈਗਾ ਜਦ ਕਿ ਇਹ ਕਿਸਾਨਾਂ ਦਾ ਅੰਦੋਲਨ ਹੈ ਸਾਡੇ ਭਾਰਤੀ ਕਿਸਾਨ ਸੰਘ ਸ਼ੁਰੂ ਤੋਂ ਹੀ ਜਿਹੜੀ ਖੁੱਲੀ ਮੰਡੀ ਦੇ ਪੱਖਤਾ ਰਹੀ ਹੈ ਤੇ ਅਸੀਂ ਉਹਦੀ ਡਿਮਾਂਡ ਵੀ ਕਰਦੇ ਰਹੇ ਹਾਂ ਔਰ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕਿਸਾਨ ਜਿਹੜਾ ਪਹਿਲਾਂ ਵੀ ਸੁਤੰਤਰ ਸੀਗਾ ਇਹ ਕਾਨੂੰਨਾਂ ਦੇ ਆਉਣ ਤੋਂ ਪਹਿਲਾਂ ਵੀ ਸੁਤੰਤਰ ਸੀਗਾ ਵੀ ਆਪਣੀ ਮੰਡੀ ਆਪਣੀ ਜਿਹੜੀ ਉਪਜ ਹੈ ਉਹ ਕਿਤੇ ਵੀ ਕਿਸੇ ਵੀ ਸਟੇਟ ਵਿੱਚ ਵੇਚ ਸਕਦਾ ਹੈ ਇਹ ਕਾਨੂੰਨਾਂ ਨਾਲ ਕੋਈ ਨਵੀਂ ਨਹੀਂ ਮਿਲੀ ਹੈਗੀ ਇਹਦੇ 'ਚ ਇਹਨਾਂ ਨੂੰ ਚਾਹੀਦਾ ਸੀ ਸਾਡੇ ਅਸੀਂ ਚਲੋ ਅਸੀਂ ਜੇ ਸੰਘਰਸ਼ ਵਿੱਚ ਸਿੱਧੇ ਤਰੀਕੇ ਨਾਲ ਨਹੀਂ ਜੁੜੇ ਪਰ ਅਸੀਂ ਆਪਣੀ ਗੱਲ ਆਪਣੀ ਹਾਈ ਕਮਾਂਡ ਕੋਲ ਔਰ ਪ੍ਰਧਾਨ ਮੰਤਰੀ ਜੀ ਕੋਲ ਔਰ ਜਿਹੜੇ ਖੇਤੀ ਮੰਤਰੀ ਤੋਮਰ ਜੀ ਕੋਲ ਅਸੀਂ ਮੈਮੋਰੈਂਡਮ ਰਾਹੀਂ ਪੂਰੇ ਦੇਸ਼ 'ਚੋਂ ਕਿਸਾਨ ਸੰਗ ਨੇ ਆਪਣੇ ਹੇਠਲੇ ਪੱਦਰ ਤੋਂ ਯੂਨਿਟਾਂ ਤੋਂ ਜਿਹੜੇ ਮੰਗ ਪੱਤਰ ਉੱਤੇ ਤਿਕਰ ਭੇਜੇ ਨੇ ਵੀ ਇਨ੍ਹਾਂ ਜਿਹੜੇ ਖੇਤੀ ਸੁਧਾਰਾਂ ਬਿੱਲਾਂ ਵਿੱਚ ਜ਼ਰੂਰੀ ਸੋਧ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਇਹ ਕਾਨੂੰਨ ਦਾ ਰੂਪ ਧਾਰਨ ਕਰ ਚੁੱਕੇ ਨੇ ਨਹੀਂ ਸ਼ੁਰੂ ਤੋਂ ਸ਼ੁਰੂ ਤੋਂ ਮੋਦੀ ਸਰਕਾਰ ਇਸ ਦਾ ਵਿਰੋਧ ਕਰਦੀ ਆ ਰਹੀ ਹੈ ਕਿਤੇ ਇਹਦੇ ਵਿੱਚ ਵੀ ਰਾਜਨੀਤਿਕ ਨਹੀਂ ਆਪਣੇ ਕਿਸਾਨ ਵਿੰਗ ਨੂੰ ਆਰਐਸਐਸ ਦੇ ਕਿਸਾਨਾਂ ਦੇ ਹੱਕ 'ਚ ਬੋਲਣ ਲਈ ਲਾ ਦਿੱਤਾ ਇਹ ਚ ਰਾਜਨੀਤਿਕ ਨਹੀਂ ਹੋਣਾ ਦਾ ਕਰਨਾ ਤਾਂ ਕੁਝ ਹੈ ਨਹੀਂ ਤੁਸੀਂ ਤਕੋ ਅਸੀਂ ਇਹ ਕਾਨੂੰਨਾ ਦੇ ਜਿਹੜੇ ਅੱਜ ਤੋਂ ਨਹੀਂ ਅਸੀਂ ਕਰਦੇ ਬਈ ਸਾਡੇ ਦਤੋਪੰਤੀ ਠੇਂਗਰੀ ਜੀ ਜਿਹੜੇ ਸਾਡੇ ਸੰਸਥਾਪਕ ਸੀ ਭਾਰਤੀ ਕਿਸਾਨ ਸੰਘ ਦੇ ਉਹਨਾਂ ਦੀ ਵੀ ਇਹੀ ਸ਼ੁਰੂ ਤੋਂ ਰਹੀ ਹੈ ਬਈ ਜਿਹੜੀ ਕਿਸਾਨਾਂ ਦੀ ਜਿਹੜੀ ਹੈ ਆਮਦਨ ਜਿਹੜੀ ਦੁੱਗਣੀ ਹੋਵੇ ਕਿਸਾਨਾਂ ਦਾ ਜਿਹੜਾ ਜੀਵਨ ਪੱਧਰ ਹੋਰ ਉੱਚਾ ਹੋ ਸਕੇ ਕਿਉਂਕਿ ਉਹਨਾਂ ਨੇ ਗਰਾਊਂਡ ਲੈਵਲ ਤੇ ਕੰਮ ਕੀਤੇ ਨੇ ਤੇ ਸ਼ੁਰੂ ਤੋਂ ਹੀ ਅਸੀਂ ਕੋਈ ਅੱਜ ਦੇ ਨਹੀਂ ਲੱਗੇ ਹੋਏ ਕਿਸਾਨਾਂ ਦੀ ਜਿਹੜੀ ਹੈ ਅਸੀਂ ਕਿਸਾਨ ਵਿਭਿੰਨਤਾ ਬਾਰੇ ਵੀ ਸੀ ਉਹਨਾਂ ਨੂੰ ਜਾਗਰੂ ਕਰਦੇ ਆਂ ਕਿਸਾਨਾਂ ਨੂੰ ਜੈਵਿਕ ਖੇਤੀ ਵੱਲ ਵੀ ਉਤਸ਼ਾਹਿਤ ਕਰਦੇ ਆਂ ਤੇ ਉਹਨਾਂ ਨੂੰ ਕਹਿੰਨੇ ਆਂ ਵੀ ਘੱਟ ਤੋਂ ਘੱਟ ਜਿਹੜੀ ਆ ਖਾਦਾਂ ਪਾ ਕੇ ਮਤਲਬ ਕਿ ਕੱਲ ਦੀ ਕੱਲ ਦੀ ਮੀਟਿੰਗ ਜੋ ਕੀਤੀ ਗਈ ਤੇ 3 3 ਦਸੰਬਰ ਨੂੰ ਬੁਲਾਇਆ ਸੀ 1 ਦਸੰਬਰ ਨੂੰ ਮਲਾਇਆ ਇਹਨੂੰ ਕਿ ਡਰਾਮੇਬਾਜੀ ਨਾ ਦਵੋਗੇ ਦਦਾਸਤਾਂ ਆਪਣੀ ਰਹੀ ਸੀ ਕਿ ਅਸੀਂ ਇਹ ਕਰਵਾਉਣਾ ਚਾਹੁੰਦੇ ਆਂ ਤੁਮਰ ਹੁਣੀ ਦੇਖੋ ਮੇਰੀ ਤਾਂ ਸਿਰਫ ਇੱਕੋ ਹੀ ਬੇਨਤੀ ਹੈ ਚਾਹੇ ਅਸੀਂ ਵੀ ਇਸ ਭਾਰਤੀ ਕਿਸਾਨ ਸੰਘ ਜਿਹੜੇ ਇਹਨਾਂ ਕਾਨੂੰਨਾਂ 'ਚ ਸੋਧ ਚਾਹੁੰਦਾ ਹੈਗਾ ਸਾਡੇ ਜਿਹੜੇ ਉੱਪਰ ਲੈਵਲ ਦੇ ਜਿਹੜੇ ਸਾਡੇ ਜਨਰਲ ਸੈਕਟਰੀ ਨੇ ਆਲ ਇੰਡੀਆ ਦੇ ਪ੍ਰਧਾਨ ਜੀ ਨੇ ਇੱਥੇ ਪਿੱਛੇ ਦਤੋਪੰਡੀ ਠੈਂਗਰੀ ਜੀ ਦਾ 100 ਸਾਲਾ ਜਿਹੜਾ ਉਹਨਾਂ ਦਾ ਮਨਾਇਆ ਗਿਆ ਤੇ ਰਾਜਸਥਾਨ ਵਿੱਚ ਉੱਥੇ ਮੰਨੀ ਹੈ ਸਾਡੇ ਸੰਗ ਸਰ ਸੰਚਾਲਕ ਜੀ ਜਿਹੜੇ ਮੋਨ ਭਾਗਵਤ ਜੀ ਉੱਥੇ ਆਏ ਨੇ ਉਹਨਾਂ ਨੇ ਵੀ ਕਿਸਾਨ ਨੂੰ ਅन्नदाता ਮੰਨਿਆ ਉਹਨਾਂ ਨੇ ਕਿਹਾ ਕਿਸਾਨਾਂ ਦੀ ਜਿਹੜੀ ਸਮੱਸਿਆ ਹੈ ਉਹਨਾਂ ਦਾ ਹੱਲ ਹੋਣਾ ਚਾਹੀਦਾ ਹੈ ਨਹੀਂ ਉਹੀ ਮੈਂ ਤੁਹਾਨੂੰ ਦੁਆਰਾ ਪੁੱਛ ਰਿਹਾ ਇਹ ਜੇ ਰਾਜਨੀਤੀ ਤਾਂ ਨਹੀਂ ਆ ਗਈ ਭਾਰਤੀ ਕਿਸਾਨ ਸੰਘ ਦੀ ਵੀ ਗੱਲਾਂ ਨਾਲ ਕਿਸਾਨਾਂ ਨੂੰ ਇੱਕ ਪਾਸੇ ਇੱਕ ਉਹਨਾਂ ਦਾ ਹੀ ਵਿੰਗਾ ਉਹਨਾਂ ਦੇ ਹੱਕ 'ਚ ਬੋਲਦਾ ਰਵੇ ਨਹੀਂ ਸਰ ਸਾਡਾ ਐਸਾ ਕੋਈ ਨਹੀਂ ਹੈਗਾ ਅਸੀਂ ਤਾਂ ਸ਼ੁਰੂ ਤੋਂ ਹੀ ਕਿਸਾਨਾਂ ਦੇ ਹਿੱਤ ਵਿੱਚ ਬੋਲਦੇ ਆ ਅਸੀਂ ਇਹ ਸਭ ਤੋਂ ਪਹਿਲਾਂ ਇਹਦੇ ਵਿੱਚ ਜਦੋਂ ਇੱਕ ਕਾਨੂੰਨ ਹਜੇ ਪਾਰਲੀਮੈਂਟ ਚ ਪਾਰਤ ਹੋਣੀ ਸੀ ਅਸੀਂ ਜਦੇ ਹੀ ਇਹਨਾਂ ਨੂੰ ਮੰਗ ਪੱਤਰ ਭੇਜਿਆ ਪ੍ਰਧਾਨ ਮੰਤਰੀ ਜੀ ਕੋਲ ਖੇਤੀਬਾੜੀ ਮੰਤਰੀ ਜੀ ਕੋਲ ਵੀ ਇਹਨਾਂ ਨੂੰ ਜਾਂ ਤਾਂ ਪਾਸ ਨਾ ਕਰੋ ਜਾਂ ਇਹਨਾਂ ਵਿੱਚ ਚਾਰ ਸੋਧਾਂ ਕੀਤੀਆਂ ਜਾਣ। ਅੱਛਾ ਰਾਜਨਾਥ ਜੀ ਤੁਸੀਂ ਉਹਨਾਂ ਨਾਲ ਗੱਲ ਕੀਤੀ ਕਿ ਸ਼ਾਇਦ ਉਹ ਇਸ ਮਸਲੇ ਦਾ ਹੱਲ ਕਰ ਸਕਦੇ ਨੇ ਤੁਹਾਨੂੰ ਕਿਉਂ ਲੱਗਦਾ ਹੈ ਜਾਂ ਦੇਸ਼ ਨੂੰ ਵੀ ਕਿਉਂ ਲੱਗਦਾ ਹੈ ਕਿ ਉਹ ਕਰ ਸਕਦੇ ਨੇ ਕੋਈ ਪਹਿਲਾਂ ਦੱਸੋ ਉਹਨਾਂ ਨੇ ਕੋਈ ਸੁਵਾਰਾ ਕਿਸਾਨਾਂ ਦਾ ਜਦੋਂ ਰਾਜਨਾਥ ਜੀ ਪਹਿਲਾਂ ਸਾਡੇ ਭਾਰਤ ਦੇ ਕ੍ਰਿਸ਼ੀ ਮੰਤਰੀ ਰਹੇ ਨੇ ਜਦੋਂ ਕ੍ਰਿਸ਼ੀ ਮੰਤਰੀ ਰਹੇ ਸੀ ਕਿਉਂਕਿ ਉਹ ਜੇ ਉਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਕਿਸਾਨੀ ਪਰਿਵਾਰ ਨਾਲ ਸੰਬੰਧਤ ਹੈਗਾ ਉਹ ਕਿਸਾਨਾਂ ਦੀ ਹਰ ਮੁਸ਼ਕਲ ਨੂੰ ਸਮਝਦੇ ਨੇ ਔਰ ਉਹ ਗਰਾਊਂਡ ਲੈਵਲ ਦੇ ਲੀਡਰ ਨੇ ਹਰ ਹਰੇਕ ਜਿਹੜਾ ਚੋਣ ਹੈ ਉਹਨੂੰ ਉਹਨਾਂ ਨੇ ਲੜ ਕੇ ਦੇਖਿਆ ਹੋਇਆ ਹਰੇਕ ਆਦਮੀ ਨਾਲ ਹਰੇਕ ਵਰਗ ਨਾਲ ਉਹਨਾਂ ਦਾ رابطہ ਸਿੱਧੇ ਤੌਰ ਤੇ ਕਾਇਮ ਹੈ ਉਹਨਾਂ ਨੂੰ ਹੇਟਾ ਗਰਾਊਂਡ ਲੈਵਲ ਦੀ ਜਿਹੜੀ ਕਿਸਾਨਾਂ ਦੀ ਦਸ਼ਾ ਹੈਗੀ ਉਸ ਤੇ ਬਾਰੇ ਜਾਣਕਾਰੀ ਹੈਗੀ ਹੈ ਔਰ ਮੈਂ ਤੁਹਾਨੂੰ ਦੱਸਣਾ ਜਾਵਾਂਗਾ ਜਦੋਂ ਉਹ ਖੇਤੀ ਮੰਤਰੀ ਸੀਗੇ ਪਹਿਲਾਂ ਜਿਹੜੇ ਫਸਲੀ ਕਰਜ਼ੇ ਤੇ ਜਾਂ ਹੋਰ ਕੋਈ ਕਿਸੰਦ ਲੈਣੇ ਹੁੰਦੇ ਸੀਗੇ ਕਿਸਾਨਾਂ ਨੇ ਉਹਦੇ ਤੇ 15% ਜਿਹੜਾ ਵਿਆਜ ਬੈਂਕ ਲਗਾਉਂਦੇ ਸੀਗੇ ਤੇ ਉਹਨਾਂ ਨੇ 7% ਦੀ ਕਮੀ ਕਰਕੇ ਇੱਕ ਅਧਿਆਦੇਸ਼ ਲਿਆ ਕੇ 7% ਦੀ ਕਮੀ ਕਰਾ ਕੇ 9% ਲਿਆਂਦਾ ਸੀਗਾ ਜਿਹੜਾ ਖੇਤੀ ਤੇ ਵਿਆਜ ਬੈਂਕਾਂ ਦਾ ਤੇ ਹੋਰ ਵੀ ਫਸਲ ਬੀਮਾ ਯੋਜਨਾ ਹੋਰ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਕਿਸਾਨ ਹਿੱਤ ਵਿੱਚ ਜਿਹੜੀਆਂ ਯੋਜਨਾਵਾਂ ਹੈ ਉਹ ਰਾਜਨਾਸ਼ ਜੀ ਹੀ ਲੈ ਕੇ ਆਈ ਸੀ ਤਾਂ ਹੀ ਸਾਨੂੰ ਲੱਗਦਾ ਹੈ ਕਿ ਜਿਹੜਾ ਇੱਕੋ ਇੱਕ ਇੱਕ ਸ਼ਖਸ ਦਿਖ ਰਿਹਾ ਇਸ ਟਾਈਮ ਜਿਹੜਾ ਇਸ ਮਸਲੇ ਨੂੰ ਸੰਜੀਦਗੀ ਨਾਲ ਗੰਭੀਰਤਾ ਨਾਲ ਹੱਲ ਕਰਾਉਣ ਵਿੱਚ ਇੱਕ ਸક્ષਮ ਹੈ ਔਰ ਉਹ ਆਪਣੀ ਗੱਲ ਤומר ਜੀ ਮੈਨੂੰ ਨਹੀਂ ਲੱਗਦਾ ਵੀ ਉਹ ਅੱਗੇ ਮਤਲਬ ਕਿ ਜਿਹੜੇ ਹਾਈ ਕਮਾਂਡ ਨੂੰ ਦੇ ਖਿਲਾਫ ਜਾ ਕੇ ਕੋਈ ਇੱਕ ਲਬਜ਼ ਵੀ ਬੋਲ ਸਕਦੇ ਨੇ ਪਰ ਰਾਜਨਾਸ਼ ਜੀ ਮੈਨੂੰ ਲੱਗਦਾ ਹੈ ਕਿ ਉਹ ਆਪਣੀ ਗੱਲ ਮੰਨਵਾ ਵੀ ਸਕਦੇ ਨੇ ਔਰ ਮੰਨਵਾਣ ਦੇ ਸક્ષਮ ਵੀ ਨੇ ਔਰ ਜਦੋਂ ਜਦ ਮੈਂ ਤੁਸੀਂ ਦੇਖੋਗੇ ਅਗਲੇ ਦਿਨਾਂ 'ਚ ਜਦੋਂ ਰਾਜਨਾਸ਼ ਜੀ ਮੀਟਿੰਗ ਕਰਨਗੇ ਕਿਸਾਨਾਂ ਨਾਲ ਤਾਂ ਉਸੇ ਦਿਨ ਹੀ ਕੋਈ ਨਾ ਕੋਈ ਫੈਸਲਾ ਜ਼ਰੂਰ ਕਿਸਾਨਾਂ ਦੇ ਹਿੱਤ ਵਿੱਚ ਹੋਏਗਾ ਮਤਲਬ ਤੁਹਾਨੂੰ ਕੀ ਲੱਗਦਾ ਵੀ ਰਾਜਨਾਥ ਪਾਰਟੀ ਨੂੰ ਸੰਗ ਨੂੰ ਸ਼ੀਸ਼ਾ ਦਿਖਾ ਸਕਦੇ ਨੇ ਦੇਖੋ ਸਾਡੇ ਉਹ ਬਹੁਤ ਹੀ ਸਨਮਾਨਯੋਗ ਪਾਰਟੀ ਦੇ ਸੰਗ ਦੇ ਸਾਰਿਆਂ ਦੇ ਸਰਵਮਾਨਯੇ ਨੇਤਾ ਨੇ ਔਰ ਉਹ ਸੀਨੀਅਰ ਨੇਤਾ ਨੇ ਸਭ ਤੋਂ ਸੀਨੀਅਰ ਨੇਤਾ ਇਸ ਟਾਈਮ ਜੇ ਦੇਖਿਆ ਜਾਵੇ ਅਡਵਾਨੀ ਜੀ ਤੋਂ ਬਾਅਦ ਉਹ ਰਾਜਨਾਸ਼ ਜੀ ਹੀ ਹੈਗੇ ਨੇ ਇਸ ਟਾਈਮ ਸਰਕਾਰ ਦੇ ਵਿੱਚ ਤੇ ਉਹ ਸਾਰਿਆਂ ਦੇ ਸਰਵਮਾਨਯੇ ਨੇ ਸਾਰਿਆਂ ਦੇ ਸਨਮਾਨਯੋਗ ਨੇ ਉਹ ਉਹ ਆਪਣੀ ਗੱਲ ਮਨਵਾ ਸਕਦੇ ਨੇ ਔਰ ਉਹ ਆਪਣੀ ਜੋ ਗੱਲ ਕਹਿਣਗੇ ਤੱਥਾਂ ਦੇ ਆਧਾਰ ਤੇ ਕਹਿਣਗੇ ਔਰ ਉਹ ਜਿਹੜੇ ਕਿਸਾਨਾਂ ਦੀ ਜਿਹੜੀ ਪ੍ਰੋਬਲਮ ਹੈ ਮੈਨੂੰ ਲੱਗਦਾ ਵੀ ਉਹ ਰਾਜਨਾਸ਼ ਜੀ ਹੀ ਹੱਲ ਕਰ ਸਕਦੇ ਨੇ ਔਰ ਰਾਜਨਾਸ਼ ਜੀ ਨੂੰ ਚਾਹੀਦਾ ਹੈ ਕਿਉਂਕਿ ਸਾਰੇ ਕਿਸਾਨ ਜਿਹੜੇ ਆ ਸਾਰੇ ਦੇਸ਼ ਦੀ ਨਿਗਾਹ ਸਿਰਫ ਇਸ ਟਾਈਮ ਰਾਜਨਾਸ਼ ਜੀ ਵੱਲ ਹੈ ਕਿਉਂਕਿ ਇੱਕ ਰਾਜਨਾਸ਼ ਸਿੰਘ ਜੀ ਇੱਕ ਸ਼ਖਸੀਅਤ ਐਸੀ ਦਿਖ ਰਹੇ ਨੇ ਜਿਹੜੇ ਇਹ ਮਸਲਾ ਹੱਲ ਕਰਾ ਸਕਦੇ ਨੇ ਕੱਲ ਜਿਹੜੀ 3 ਦਸੰਬਰ ਨੂੰ ਮੀਟਿੰਗ ਹੋਣ ਜਾ ਰਹੀ ਹੈ ਉਸ ਚ ਕੀ ਸ਼ਾਮਲ ਹੋ ਸਕਦੀ ਹੈ ਰਾਜਨਾਥ ਦੀ ਟੀਮ ਉਸ ਚ ਤੁਸੀਂ ਵੀ ਹੈਗੇ ਹੋ ਉਸ ਟੀਮ ਦੇ ਵਿੱਚ ਦੇਖੋ ਸਾਡਾ ਜਿਹੜਾ ਭਾਰਤੀ ਕਿਸਾਨ ਸੰਘ ਵੱਲੋਂ ਮੈਂ ਜਿਹੇ ਚੰਡੀਗੜ੍ਹ ਪ੍ਰਦੇਸ਼ ਦਾ ਹੈਗਾ ਪ੍ਰਧਾਨ ਹ ਤੇ ਮੇਰਾ ਨਾਮ ਵੀ ਲਿਸਟ ਵਿੱਚ ਗਿਆ ਸੀਗਾ ਪਰ ਕੱਲ ਅਚਾਨਕ ਹੀ ਜਿਹੜੀ ਹੈ ਮੀਟਿੰਗ ਦੀ ਜਿਹੜੀ ਡੇਟ ਚੇਂਜ ਕਰਨੀ ਪਈ ਤੇ ਉਸ ਕਰਕੇ ਉਸ ਮੈਨੂੰ ਇਸ ਸੁਭਾਗ ਨਹੀਂ ਮਿਲ ਸਕਿਆ ਉੱਥੇ ਕਿਸਾਨਾਂ ਦੇ ਮਸਲੇ ਤੇ ਜਾਣਦਾ ਪਰ ਅਸੀਂ ਕੋਈ ਸਾਨੂੰ ਕੋਈ ਫੋਟੋ ਖਿਜਾਂਦਾ ਨਹੀਂ ਹੈਗਾ ਸਾਡੀ ਭਾਰਤੀ ਕਿਸਾਨ ਸੰਘ ਨੂੰ ਸਾਨੂੰ ਕੋਈ ਆਪਣਾ ਨਾਮ ਕਰਨ ਦਾ ਨਹੀਂ ਹੈਗਾ ਵੀ ਅਸੀਂ ਵੀ ਆਪਣਾ ਉੱਥੇ ਮੀਟਿੰਗ 'ਚ ਜਾ ਕੇ ਨਾਮ ਕਰੀਏ ਸਾਡਾ ਤਾਂ ਸਿਰਫ ਇੱਕੋ ਇੱਕ ਅਪੀਲ ਹੈ ਅਰਦਾਸ ਹੈ ਵਾਹਿਗੁਰੂ ਜੀ ਅੱਗੇ ਔਰ ਜਿਹੜੇ ਇਨ੍ਹਾਂ ਨੇਤਾਵਾਂ ਤੇ ਜਿਨ੍ਹਾਂ ਨੇ ਦੇਸ਼ ਦੀ ਬਾਗਡੋਰ ਸੰਭਾਲੀ ਹੋਈ ਆ ਉਹਨਾਂ ਦੇ ਅੱਗੇ ਇਹੋ ਹੀ ਅਪੀਲ ਕਰ ਸਕਦੇ ਆਂ ਅਸੀਂ ਕਿ ਜਿਹੜਾ ਕਿਸਾਨਾਂ ਦੀ ਜੋ ਵੀ ਉਹ ਉਹਨਾਂ ਦੇ ਸ਼ੰਕੇ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਔਰ ਇਨ੍ਹਾਂ ਖੇਤੀ ਬਿੱਲਾਂ ਵਿੱਚ ਸੁਧਾਰ ਕੀਤਾ ਜਾਵੇ ਔਰ ਐਮਐਸਪੀ ਦਾ ਜਿਹੜਾ ਕਾਨੂੰਨ ਜਿਹੜਾ ਚੌਥਾ ਕਾਨੂੰਨ ਐਮਐਸਪੀ ਦਾ ਕਾਨੂੰਨ ਜਿਹੜਾ ਉਹ ਪਾਰਿਤ ਕੀਤਾ ਜਾਵੇ ਤਾਂ ਹੀ ਜਾ ਕੇ ਮਸਲਾ ਹੱਲ ਹੋਣ ਵਾਲਾ ਹੈ ਕੀ ਲੱਗਦਾ ਤੁਹਾਨੂੰ ਸਾਲ 2020 ਦਾ ਅਖੀਰਲਾ ਮਹੀਨਾ ਸ਼ੁਰੂ ਹੋ ਗਿਆ ਇਸ ਮਹੀਨੇ ਚ ਹੱਲ ਹੋ ਜਾਏਗਾ ਬਿਲਕੁਲ ਮੈਂ ਤੁਹਾਨੂੰ ਇੱਥੇ ਕਹਿ ਰਿਹਾ ਵਾਂ ਵੀ ਜਿੱਦਨ ਰਾਜਨਾਸ਼ ਜੀ ਉੱਥੇ ਜਾਣਗੇ ਕੋਈ ਨਾ ਕੋਈ ਹੁੰਦਾ ਮਤਲਬ ਕਿ ਸਾਰਥਕ ਜਿਹੜਾ ਇਸ ਜਿਹੜਾ ਸੰਘਰਸ਼ ਦਾ ਸਾਰਥਕ ਜਿਹੜਾ ਕਿਸਾਨਾਂ ਦਾ ਵੀ ਜਿਹੜਾ ਸੰਘਰਸ਼ ਹੈ ਉਹਨੂੰ ਵੀ ਮਤਲਬ ਕਿ ਸਾਰਥਕ ਦਿਸ਼ਾ ਮਿਲੇਗੀ ਔਰ ਜਿੱਦਣ ਰਾਜਨਾਥ ਜੀ ਉੱਥੇ ਕਿਸਾਨਾਂ ਨਾਲ ਗੱਲਬਾਤ ਕਰਨ ਜਾਣਗੇ ਔਰ ਉਹ ਫੈਸਲਾ ਕਰਕੇ ਆਣਗੇ ਅੱਛਾ ਤੁਹਾਡੀ ਪੰਜਾਬ ਦੀ ਟੀਮ ਵਿੱਚੋਂ ਜਿਆਣੀ ਜੀ ਚੇਅਰਮੈਨ ਲਾਇਗਨੇ ਹਰਜੀਤ ਗਰੇਵਾਲ ਉਹਨਾਂ ਨਾਲ ਨੇ ਤੁਸੀਂ ਉਹਨੇ ਕਿਹਾ ਕਿ ਹਟੇ ਉਹਨਾਂ ਨੂੰ ਫੀਡਬੈਕ ਸਹੀ ਸਿੱਧੀ ਨਹੀਂ ਜਾ ਰਹੀ ਕਿ ਇਹਨਾਂ ਦੀ ਕੋਈ ਭੂਮਿਕਾ ਬਣਦੀ ਹੈ ਫੀਡਬੈਕ ਸਿੱਧੀ ਨਹੀਂ ਜਾ ਰਹੀ ਜਿਹੜੀ ਉਹਦੇ ਵਿੱਚ ਦੇਖੋ ਪਹਿਲਾਂ ਤਾਂ ਮੈਂ ਇੱਕ ਗੱਲ ਤੁਹਾਨੂੰ ਮਤਲਬ ਕਿ ਅੰਦਰੁਸਤ ਕਰਨੀ ਚਾਹਨਾ ਵਾਂ ਵੀ ਜਿਹੜੇ ਜੈਨੀ ਜੀ ਨੇ ਉਹ ਭਾਜਪੀ ਵੱਲੋਂ ਜਿਹੜੇ ਇਹ ਕਮੇਟੀ ਦੇ ਚੇਅਰਮੈਨ ਬਣਾਏ ਗਏ ਨੇ ਸਾਡਾ ਨਿਰੋਲ ਭਾਰਤੀ ਕਿਸਾਨ ਸੰਘ ਜਿਹੜਾ ਇੱਕ ਅਲੱਗ ਅਦਾਰਾ ਹੈਗਾ ਹੈ ਤਾਂ ਇੱਕ ਸਿੱਕੇ ਦੇ ਦੋ ਪਹਿਲੂ ਹੀ ਹੈ ਨਹੀਂ ਸਰ ਅਸੀਂ ਆਪਣੀ ਜਿਹੜੀ ਗੱਲ ਕਹਿਣ ਦੇ ਔਰ ਆਪਣੀ ਗੱਲ ਸਾਡੀ ਜਿਹੜੀ ਫੀਲਡ ਹੈਗੀ ਆ ਆਪਣੀ ਅਲੱਗ ਫੀਲਡ ਹੈਗੀ ਆ ਅਸੀਂ ਆਪਣਾ ਸਤੰਤਰ ਹੈਗੇ ਆ ਜਿਹੜੀ ਵੀ ਕੋਈ ਗੱਲਬਾਤ ਅਸੀਂ ਕਹਿਣੀ ਆਸੀਂ ਸਰਕਾਰ ਦੇ ਖਿਲਾਫ ਐਜੀਟੇਸ਼ਨ ਵੀ ਕਰ ਸਕਦੇ ਆ ਸਰਕਾਰ ਦੇ ਖਿਲਾਫ ਸਰਕਾਰ ਨੂੰ ਦਿਸ਼ਾ ਨਿਰਦੇਸ਼ ਵੀ ਦੇ ਸਕਦੇ ਆ ਵੀ ਆ ਇਹ ਸੋਧਾਂ ਜਿਹੜੀਆਂ ਅਸੀਂ ਜਿਹੜੀ ਡਿਮਾਂਡ ਕਰੀ ਆ ਜੇ ਉਹ ਸੋਧਾਂ ਨਹੀਂ ਕਰਦੇ ਉਹਨੇ ਵਿੱਚ ਤੇ ਅਸੀਂ ਕੋਈ ਸੰਘਰਸ਼ ਦਾ ਰਸਤਾ ਵੀ ਅਪਣਾ ਸਕਦੇ ਕੀ ਲੱਗਦਾ ਹੁਣ ਤੁਹਾਨੂੰ ਗਾਇਕਾਂ ਦੀ ਕਿੱਦਾਂ ਦੀ ਭੂਮਿਕਾ ਰਹੀ ਹੈ ਇਸ ਸਾਰੇ ਸੰਘਰਸ਼ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿਵੇਂ ਮੈਂ ਗਾਇਕਾਂ ਦੇ ਜਿਹੜੇ ਲੱਚਰ ਗਾਇਕੀ ਗਾਉਂਦੇ ਨੇ ਜਾਂ ਹਥਿਆਰਾਂ ਨੂੰ ਨਸ਼ੇ ਨੂੰ ਪ੍ਰਮੋਟ ਕਰਦੇ ਨੇ ਉਹਨਾਂ ਗਾਇਕਾਂ ਦੇ ਸ਼ੁਰੂ ਤੋਂ ਹੀ ਵਿਰੋਧ ਵਿੱਚ ਰਿਹਾ ਵਾਂ ਪਰ ਅੱਜ ਦੇ ਦਿਨਾਂ ਵਿੱਚ ਜਿਹੜੇ ਕਿਸਾਨੀ ਸੰਘਰਸ਼ ਦੇ ਨਾਲ ਜਿਹੜੇ ਇਹ ਜਿਹੜੇ ਗਾਇਕ ਜੁੜੇ ਨੇ ਔਰ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ ਹੈ ਵੀ ਇੱਕ ਸੱਭਿਆ ਨਾਗਰਿਕ ਹੋਣ ਦੀ ਜ਼ਿੰਮੇਵਾਰੀ ਸਮਝੀ ਹੈ ਦੇਰ ਆਏ ਦਰੁਸਤ ਆਏ ਉਹ ਸਿੱਧੇ ਰਸਤੇ ਤੇ ਪਏ ਨੇ ਉਹ ਜਿਹੜੇ ਕਿਸਾਨੀ ਸੰਘਰਸ਼ ਨੂੰ ਜਿਹੜੇ ਉਹਨਾਂ ਦੇ ਆਣ ਨਾਲ ਔਰ ਉਹਨਾਂ ਨੇ ਵੀ ਸੰਯਮ ਦੇ ਨਾਲ ਜਿਹੜਾ ਬੜਾ ਹੀ ਸੰਯਮ ਦੇ ਨਾਲ ਉੱਥੇ ਆਪਣੀ ਭਾਸ਼ਾ ਆਪਣੇ ਗਾਇਕੀ ਬੜੀ ਸੰਯਮ ਦੇ ਨਾਲ ਰੱਖੀ ਹੈ ਉਹਦੇ ਨਾਲ ਜਿਹੜਾ ਇਹ ਕਿਸਾਨੀ ਸੰਘਰਸ਼ ਨੂੰ ਬਹੁਤ ਬਲ ਮਿਲਿਆ ਸੋ ਬੋਬੀ ਕੰਬੋਜ ਭਾਰਤੀ ਕਿਸਾਨ ਸੰਘ ਚੰਡੀਗੜ੍ਹ ਸਟੇਟ ਦੇ ਪ੍ਰੈਜ਼ੀਡੈਂਟ ਜਿਨ੍ਹਾਂ ਕੋਲ ਜ਼ਿੰਮੇਵਾਰੀਆਂ ਨੇ ਸਾਫ਼ ਕੀਤਾ ਕਿ ਹੁਣ ਅਖੀਰਲਾ ਹੈ ਜਆ ਵਕਤ ਆ ਗਿਆ ਹੈ ਗੰਭੀਰ ਸਥਿਤੀ ਆ ਗਈ ਹੈ ਕਿ ਜੇ ਕੋਈ ਹੱਲ ਕਰਾ ਸਕਦਾ ਹੈ ਤਾਂ ਪਾਰਟੀ ਨਾਲ ਅੜ ਕੇ ਵੀ ਕਿਸਾਨਾਂ ਦੇ ਆਗਤਾ ਰਾਜਨਾਥ ਸਿੰਘ ਹੈਗੇ ਨੇ ਤੇ ਜ਼ਰੂਰ ਇਸ ਮਹੀਨੇ ਦੌਰਾਨ ਇੱਕ ਹੈ ਜਆ ਕੋਈ ਵੱਡਾ ਕੰਮ ਹੋਏਗਾ ਕਿ ਸ਼ਾਇਦ ਕਿਸਾਨਾਂ ਦੇ ਹੱਕਾਂ ਦੇ ਵਿੱਚ ਜਿਹੜਾ ਮਸਲਾ ਜ਼ਰੂਰ ਹੱਲ ਹੋ ਜਾਵੇਗਾ ਵੀਜੇ ਸਚਿਨ ਰੋੜਾ ਦੇ ਨਾਲ ਬਲਜੀਤ ਮਰਵਾਹਾ ਵਰਲਡ ਪੰਜਾਬੀ ਮੋਹਾਲੀ